इस फिल्म का किसी भी जीवित या मृतक व्यक्ति नाल कोई संबंध नहीं है। जेकर ऐसा हुंदा है तो इसनों मात्र एक संजोग समझा जाए। इस फिल्म का मकसद किसी व्यक्ति या किसी संस्था दी धार्मिक भावनावां नूं ठेस पहुँचाना नहीं है। यह फिल्म एक चंगी सेहत ते नेक मकसद लिए बनाई गई है। यह फिल्म उन्हां सारे सिख शहीदां नूं समर्पित है जिन्होंने सिख कौम की चढ़ती कला लई कुर्बानियां दित्तियां। कई पक्षों तो सताई अते वंडी हुई लुकाई में सच्ची मुहब्बत दे बनजारे गुरु नानक साहब जी ने अपने कलावे विच ही नहीं लिया बल्कि उन्होंने सच का पैगाम भी बख्शिश किया। इस कुरबाणी नूं लुकाई दे हिरदे तक पहुँचाउण वास्ते उन्होंने चार उदासियां कीतियां अते इस दे दरम्यान थां थां ते संगतां अते धर्मशाला कैंप कीतियां जिथे बैठ आपसी वितकरे मिटा असी एक पिता एकस के हम बारक तू मेरा गुरहाई दी लड़ी विच परोए जाइए। पर जिन्हां नूं सच चंगा नहीं सी लगदा वो सच दे दुश्मन बन के इस दे नाल टकराउण लग पए। पर सिख अपनियां जानां तली ते रख के सच दे पहरेदार हो के निपड़े। लमेरा समां हंडाया गुरु गोबिंद सिंह सच्चे पातशाह जी ने गुरु ग्रंथ साहब जी को गुरगद्दी दे के इनू सदीवी गुरु के तख्त ते सुशोभित कर दिता। सिख कौम नू एक अकाल की फौज बना के सदीवी काल लई इस जुल्म के बराबर डटन लई तैयार कर दिता। उहदे विचों बाबा बंदा सिंह बहादुर सिख कौम का एक पहला जरनैल सी जिसने गुरबाणी विच दित्ते सच नूं अते गुरु साहिब दे पैगाम नूं इन्नी दलेरी ते निडरता नाल प्रचारिया ते जुल्म कमाउण वाले जालमां नूं नत्था पाईआं गरीबां नूं उभारिया सच दा सुनेहा दित्ता आप अत्यंत दुख झल के भी उहनां जालमां नूं सबक सिखाए जिहड़े मानवता दी रत पी के सच दी गल तों गोहां दूर जा चुके हुए सन। ते सिखां नूं घर बार छड्डणे पए
ਮੰਜੇ ਬਿਸਤਰੇ ਛੱਡਣੇ ਪਏ, ਪਰਿਵਾਰਕ ਸੁੱਖ ਤਿਆਗਣੇ ਪਏ, ਜੰਗਲੀ ਡੇਰੇ ਲਾ ਲਏ। ਕਈ ਥਾਵਾਂ ਦੇ ਉੱਤੇ ਭੁੱਖੇ ਰਹਿ ਕੇ ਜਦੋਂ ਕਦੇ ਲੰਗਰ ਮਿਲਣਾ, ਇਕੱਠੇ ਹੋ ਕੇ ਛਕ ਲੈਣਾ, ਇੱਥੇ ਹੀ ਬਸ ਨਹੀਂ, ਇੱਕ ਇੱਕ ਦਿਨ ਲੰਮੇ ਲੰਮੇ ਦੁੱਖਾਂ ਦਾ ਸੁਨੇਹਾ ਲੈ ਕੇ ਆਉਂਦਾ ਸੀ। ਕਦੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਕਦੇ ਮਾਵਾਂ ਨੂੰ ਆਪਣੇ ਪੁੱਤ ਝੋਲੀਆਂ ਵਿੱਚ ਟੋਟੇ ਕਰਵਾ ਕੇ ਪਵਾਉਣੇ ਪਏ। ਸੱਚ ਦੀਆਂ ਪਾਂਧੀਆਂ ਨੇ ਰੱਬ ਦੇ ਸ਼ੁਕਰ ਦੀਆਂ ਅਰਦਾਸਾਂ ਕੀਤੀਆਂ। ਇਸ ਲੰਮੇ ਦੁੱਖੜੇ ਨੇ ਸਾਨੂੰ ਇੰਨਾ ਕੁ ਤਿੱਖਾ ਕਰ ਦਿੱਤਾ ਕਿ ਅਸੀਂ 12 ਮਿਸਲਾਂ ਦੇ ਰੂਪ ਵਿੱਚ ਪ੍ਰਗਟ ਹੋਏ। ਪਰ ਵਕਤ ਆਇਆ, ਉਹਨਾਂ 12 ਮਿਸਲਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਇੱਕ ਖਾਲਸਾ ਰਾਜ ਪੈਦਾ ਕਰ ਲਿਆ। ਇਸ ਰਾਜ ਨੂੰ ਵੀ ਅਸੀਂ ਲੰਮਾ ਸਮਾਂ ਨਾ ਹੰਢਾ ਸਕੇ। ਡੋਗਰਿਆਂ ਦੀ ਗਦਾਰੀ ਨੇ ਇਸ ਰਾਜ ਨੂੰ ਵੀ ਵਿਨਾਸ਼ ਕਰ ਦਿੱਤਾ। ਪਰ ਇੱਕ ਦੁਖਦਾਈ ਪੰਨਾ ਹੋਰ ਹੈ। ਉਸ ਵੇਲੇ ਮਹੰਤ ਗੁਰਦੁਆਰਿਆਂ ਵਿੱਚ ਕਾਬਜ ਹੋ ਗਏ ਸਨ। ਮਹਾਰਾਜਾ ਰਣਜੀਤ ਸਿੰਘ ਵੱਲੋਂ ਮਿਲੀਆਂ ਹੋਈਆਂ ਜਗੀਰਾਂ ਨੇ ਉਹਨਾਂ ਨੂੰ ਅੰਨਾ ਕਰ ਦਿੱਤਾ ਸੀ। ਨਿੱਤ ਦਿਹਾੜੇ ਜਿੱਥੇ ਲੋਕ ਪਾਪ ਧੋਣ ਆਉਂਦੇ ਨੇ, ਉਸ ਘਰ ਵਿੱਚ ਪਾਪ ਹੋਣ ਲੱਗ ਪਏ। ਇਹਨਾਂ ਪਾਪੀ ਮਹੰਤਾਂ ਕੋਲੋਂ ਗੁਰਦੁਆਰਿਆਂ ਦਾ ਪ੍ਰਬੰਧ ਅਸੀਂ ਸਾਕੇ ਹੰਢਾ ਕੇ ਲਿਆ ਹੀ ਸੀ। ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਅਤੇ ਅਸੀਂ ਹਾਲੇ ਸੁੱਖ ਦਾ ਸਾਹ ਲੈਣ ਹੀ ਲੱਗੇ ਸਾਂ ਕਿ 1947 ਵਰਤ ਗਿਆ, ਜਿਸ ਵਿੱਚ ਸਾਡੇ ਜਾਨੀ ਮਾਲੀ ਹੋਰ ਨੁਕਸਾਨ ਹੋਏ। ਪਰ ਸਭ ਤੋਂ ਦੁਖਦਾਈ, ਸਾਡੇ ਗੁਰਧਾਮ ਸਾਡੇ ਤੋਂ ਵਿਛੜ ਗਏ। ਉਸ ਵਿਛੋੜੇ ਦੇ ਦੁੱਖ ਦਰਦ ਨੂੰ ਮਿਟਾਉਣ ਵਾਸਤੇ ਅਸੀਂ ਫਿਰ ਦੁਬਾਰੇ ਗੁਰਧਾਮ ਉਸਾਰੇ, ਜਿੱਥੋਂ ਗੁਰਬਾਣੀ ਦਾ ਸੁਨੇਹਾ ਲੈਣਾ ਸੀ, ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦਾ ਅਹਿਸਾਸ ਕਰਨਾ ਸੀ, ਉਹਨਾਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਸਬਕ ਲੈਣਾ ਸੀ। ਪਰ ਅੱਜ ਕੀ ਗੱਲ, ਬੜੇ ਉਦਾਸ ਲੱਗ ਰਹੇ ਹੋ? ਲੱਗਦਾ ਅੱਜ ਫਿਰ ਕੋਈ ਮਾੜੀ ਖਬਰ ਪੜ੍ਹ ਲਈ ਅਖਬਾਰ 'ਚ। ਹੇ ਵਾਹਿਗੁਰੂ, ਕੀ ਬਣੂਗਾ ਸਾਡੀ ਕੌਮ ਦਾ? ਬਣਨਾ ਕੀ ਆ, ਕੋਈ ਪ੍ਰਧਾਨ ਬਣੇਗਾ, ਕੋਈ ਜਥੇਦਾਰ ਤੇ ਕੋਈ ਲੀਡਰ, ਪਰ ਕੌਮ ਦਾ ਸੱਚਾ ਸੁੱਚਾ ਸੇਵਾਦਾਰ ਨਹੀਂ ਕਿਸੇ ਨੇ ਬਣਨਾ। ਵੈਸੇ ਦੇਖਿਆ ਜਾਵੇ ਨਾ, ਸਾਰਾ ਖੇਲ ਪੈਸੇ ਦਾ। ਪੈਸਾ ਨਹੀਂ, ਦਸਵੰਧ। ਸਿੱਖ ਦਸਾਂ ਨੌਹਾਂ ਦੀ ਕਿਰਤ ਕਰਕੇ ਉਹ ਦਸਵੰਧ ਗੁਰੂ ਦੀ ਗੋਲਕ ਵਿੱਚ ਪਾਉਂਦਾ ਤੇ ਲੋਕ ਉਸ ਮਾਇਆ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਨੇ। ਵੈਸੇ ਹਰ ਪਾਸੇ ਇੱਕੋ ਹੀ ਰੌਲ ਹੈ, ਭਾਵੇਂ ਦੇਸ਼ ਤੇ ਭਾਵੇਂ ਪਰਦੇਸ਼। ਜੰਗਾਂ ਜੁੱਦਾਂ ਵਿੱਚ ਲੜਨ ਵਾਲੀ ਇਹ ਕੌਮ ਅੱਜ ਪ੍ਰਧਾਨਗੀ ਪਿੱਛੇ ਇੱਕ ਦੂਜੇ ਦੀਆਂ ਪੱਗਾਂ ਲਾਉਂਦੀ ਫਿਰਦੀ ਹੈ। ਮੈਨੂੰ ਤਾਂ ਲੱਗਦਾ ਹੈ ਮੇਰੇ ਗੁਰੂ ਦੇ ਪੰਥ ਨੂੰ ਨਜ਼ਰ ਹੀ ਲੱਗ ਗਈ ਹੈ। ਚਲੋ ਛੱਡੋ, ਤੁਸੀਂ ਚਾਹ ਪੀਓ ਤੇ ਹਾਂ, ਮੈਂ ਨਾਸ਼ਤਾ ਤਿਆਰ ਕਰਦਾ, ਤੁਸੀਂ ਵੀ ਆ ਕੇ ਕਰ ਲਓ। ਗੁਰਮਨ ਨੇ ਕਾਲਜ ਜਾਣਾ, ਉਹਨੂੰ ਦੇਰ ਹੋ ਰਹੀ ਹੈ। ਸੋਈ ਹੋ ਪਾਈ ਰਹਾਉ ਸਭ ਤੇਰੀ, ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ
मन मुख गवाया। तुसी फिकर ना करो सेक्रेटरी साहब, अखबार च इश्तिहार दिता होया। हाँ कोई गल नहीं, चंगा जी चंगा। प्रधान साहब, ओ दर्शन, ये अंदर पाठ कौन कर रहा है? सिख चैन जी। सुखचैन, ओ वेड़े वाले दा? हाँ जी हाँ जी, अज इन्हें पिछले साल अमृत छकिया सी। सुखचैन, हुण ये लोग साडे सिर ते चढ़ के बैठणगे, असी इन्हां नूं भांडियां नूं हाथ नहीं लाउण दिंदे, ते ये ताबिया चढ़ के बैठा। अखबार च इश्तिहार तां दित्ता ही होया, भाइयां दी लैण लग जाणी है, फिर वेखदा किद्दां ताबिया चढ़ के बैठदा। ओए कह दी उहनूं पाठ पूठ अपने घर जाके करिया करे। जवती कोड किरली शतीरियां नूं जफे। ठीक है जी। हे वाहे गुरु। पुत्र इंटर्नशिप ली केड़ी कंपनी है, डिसाइड हो गया? पापा हजे कॉलेज वल्लों डिसाइड नहीं होया। हर पासे पैसे दा ही रौले। पैसा नहीं, दसवंद। की बनूगा साडी कौम दा? ते लोक उस माया नू अपनी निजी जायदाद समझदे ने। कोई प्रधान बनेगा, कोई जथेदार ते कोई लीडर। प्रधान की पिछे एक दूजे दी पक्का लाउंदी फिरदी है। पापा तुसी किथे जा रहे हो? पुत्र तू ही तक क्या सी, आउटिंग कर रहा? बस मैं क्या आउटिंग कर रहा उन्हें? हाँ आउटिंग थे? ये अचानक तो उड़ा प्रोग्राम के में बन गया, तुसी तो कोई गल भी नहीं की थी। कुलजीत कुरे, मैं क्या दुनियादारी वेखा वहाँ? अजे दुनियादारी वेखनी बाकी है, इन्ने साल आर्मी च रह के तुसी दुनियादारी नहीं वेखी तो होर की वेखे? असली दुनिया वेखण चलिया। चंगा मैं चलदा, फोन करांगा। कमाल है, केंदे फोन करांगा, फोन तो इत्थे ही छड़ गए।
देखो जी असी थोनू 3500 रुपये तनखा दे सकते हैं, ये साड़ी कमेटी की तय की हुई तनखा है। प्रधान जी 3500 रुपये अजकल की बनता, तुसी आप सोचो। निरी बचत है, रहना खाना पीना सब फ्री, होर थोनू की चाहिए? बच्चियां दे खर्चे, पढ़ाई लिखाई दे खर्चे, बीमारियां ठमारियां सौ गल्लां हुंदियां। बहुत वड्डा गुरुद्वारा है अपना, बहुत प्रोग्राम पैंदे ने इत्थे, जमना मरना परना, उन्हां चों अद थोड़ा। अद अद क्यों? ओ भाई साहब ये साड़ी कमेटी दी रीत है। प्रधान जी 3500 रुपया तनखा, प्रोग्राम चों अद, फिर पिछे की बचिया? ओ भाई साहब तुसी करना भी की हुंदा है, सवेरे शाम पाठ बस। प्रधान जी पाठ करना सौखा नहीं तुसी ना कर लेंदे। मिन्नतां कर करके 3500 रुपये च भैया नहीं मिलता पट्ठे पाउण नूं, ते इन्हां लोकां नूं ग्रंथी चाहीदा, फिर कहिंदे साडी कौम दा प्रचार नहीं हुंदा। की होया बाबा जी? होणा की है भाई साहब, इन्हां लोकां नूं प्रचारक दी नहीं चौंकीदार दी लोड़ है, जिहड़ा 4 बजे उठ के गुरु घर दा दरवाजा खोल दे ते 10 बजे बंद कर दे। प्रचारक दी योग्यता नाल कोई लैणा देणा नहीं। वैसे भी जिस कौम दे जथेदार 3 जमातां पड़े होण, उस कौम दे प्रबंधकां तों भी की उम्मीद कीती जा सकदी है। सत श्री अकाल जी। सत श्री अकाल। वेख ला ग्रंथियों के दिमाग भी खराब हुए पए ने। ले आपां नूं की, आपां नूं तो अपनी तनखाह मिली जाती है। सत श्री अकाल प्रधान जी। सत श्री अकाल जी, आओ जी बैठो, दसो की सेवा कर सकते हैं तुहाडी? प्रधान जी मैं बहुत गरीब आदमी हाँ, कुड़ी का विआह करना सी, कुछ मदद हो जाती? कितों आए हो बुजुर्गो? मैं बस्सी पिंड तो आया जी। बस्सी तो जी? पर पिछले साल तो हाले शीशे वाले बाबा जी ने उथे गरीब कुड़ियां दे विआह किते सी। केड़े बाबे ते केड़ियां गरीब कुड़ियां दे विआह? ए पहला स्टेज ते खड़े होके कहंदे ने असी गरीब कुड़ियां दे विआह करने ने, पर गुरु साहब ते कहंदे ने तियां पैड़ा सब दिया सांझियां हुंदियां ने, फिर की हो कुड़ियां इन्हां दियां पैड़ा नहीं लगदियां, उन्हां नूं पैण कहंदे, इन्हां नूं शर्म आउंदी है। पर बुजुर्गो जे ए स्टेजां ते खड़ के बोलणगे नहीं तां फिर लोकी पैसे किवें देणगे? जे भैण ही कहता फिर किहड़े मुँहों मंगणगे? ए पहला स्टेजां ते खलो के रौला पा पा के उन्हां दी गरीबी दा मजाक उड़ाउंदे ने, फिर अखबार च उन्हां नाल फोटोआं खिचा के उन्हां दी बेइज्जती करदे ने, ते फिर उन्हां गरीब कुड़ियां दे विआहां दीआं फिल्मां बना के बाहरले मुल्कां च विखांदे ने, ते कहंदे ने असीं अनाथ कुड़ियां दे विआह कर रहे आ। अनाथ ऐ जूदे जागदे मां प्यो नूं मार के कुड़ियां नूं अनाथ कर दिंदे ने, ते फिर डालर कमा कमा के बोझे भर लेंदे ने, ते असीं फिर खाली दे खाली। कोई ना तुसीं ऐं करो एक दरखास्त लिख के दे जाओ, कमेटी बह के उते विचार कर लेगी, जिन्नी की इमदाद हो सकती है जरूर करांगे। साडी अनपढ़ लोकां दी का दी दरखास्त, साडी दरखास्त ते तुसी हो प्रधान जी, कोई हीला करना। जरूर।
चंगा जी। नाले प्रधान जी, गुरु साहब ने ते क्या गरीब दा मूह गुरु दी कोलक हुंदा। हाँ गरीब दा मूह ते गुरु दी कोलक जे सारा कुछ असी तुहानू ही दे दिता फिर सानू किने पुछना। सतनाम श्री वाहेगुरु। भाई साहब जी, इत्थे दफ्तर कित्थे आ? दफ्तर ओ सामने आ जी। जी जी प्रधान साहब। आओ भाई जी, आओ आओ जी, बैठो जी। वाहिगुरु जी का खालसा, वाहिगुरु जी की फतेह। फतेह जी फतेह। आ देख लो इन्हां नूं, इह तां बाहर दे बंदियां दीआं गल्लां करदे ने। वो तां लंगर भी छकदे ने कुर्सियां मेजां ते बह के, ते पाठ सुणदे ने महाराज दी हजूरी विच कुर्सियां डाह के बराबर बह के। प्रधान जी, इह तां बजुर्गां ते बीमारां दीआं मजबूरियां ने। ओए इन्हां मजबूरियां ने तां कौम नूं तुफाड़ कीता पिआ। कोई कहिंदा मैं उपर नहीं बहिणा, कोई कहिंदा मैं थले नहीं बहिणा। इस विच लड़न वाली तां कोई गल नहीं, बैठ के मसला हल कीता जा सकता है। फिर तुसी दस दो कोई हल। महाराज दे बराबर नहीं ना बैठना, पर महाराज कोल बैठना तां जरूरी है। जिहड़े लोग जमीन ते नहीं बैठ सकते, उन्हां नूं हॉल दी पिछली कंध दे नाल जगह नीवी कर दित्ती जावे, तां जो लत्तां लमका के बह जाण। दोवे धिरां खुश, नाले नीवे होया ही इस दर तों कुछ मिलदा है ना प्रधान जी। चैन से आ? हाँ जी। आज पाठ ना करी। क्यों जी? प्रधान साहब ने मना किता, नाले गुरुद्वारे आज तो नवा पाई रख लिया, हुण लोड़ नहीं। चंगा जी, फिर संभालो जाके सेवा। सेवादार को 9 नंबर कमरे की चाबी ले लो। जी सर। वाहेगुरु। राग आसा महला पहला, एक ओंकार सतगुर प्रसाद। सो दर तेरा केहा, सो कर केहा, चित बै सर्ब समाले। वाजे तेरे नाद अनेक असंखा, केते तेरे वावन हारे, केते तेरे राग। प्रधान जी करियो भाई, आजो आजो सरपंच साहब, आजो लंघ आओ। बैठो, की हाल है? भाई मेरा हाल तो बिल्कुल ठीक है, जिंदी रहती है। तुसी हटे नहीं फिर? भाई जी ने मैं रख लिया। रखना ही सी, ओदे नखरे नहीं सी मान, कहंदा मेरा गुजारा नहीं हुंदा, आखे बच्चे पढ़दे ने। मैं कहा कोई पुछे इनू, भाई असी कहा सी अड्डियां चुक चुक के फाहा लाउण नू, अंग्रेजी स्कूल च पाई फिरदा जवाकां नू, ना तेरे जवाकां दा असी ठेका लिया। मैं ता हाथ जोड़ते मैं गया भाई जी तुसी चलो। सुखदेव सिंह, मैं गल तो ठीक ही कहना सी, देख हर बंदा अपने जवाकों के भविख बारे सोचता है, जे उन्हें सोच लिया की माड़ा कहता यार। ना हुण तुसी की कहने हो, कमेटी उन्हें पैसे पल्यों देवे? नहीं नहीं, मैं ये नहीं कहता कि पैसे पल्यों दो। देखो संगत का पैसा है, जे किसी चाहती जगह लग जाए चंगी गल है। नाले भाई जी का मुंडा किन्ना बीबा है, अमृतधारी है, पिंड दे किन्ने जवाकां नूं उहने दस्तार बन्न लाता, होर किन्ने चंगे काम करदा ओ। ऐ किवें असीं रोड़ दिए पैसे दसो? शबीला ते बिशक रोड़ दिओ,
एक दिन की छबील से लखा रुपया ला दें ये नहीं भाई उन्होंने पैसों के चार वाटर कूलर खरीद के किसी लोड़वंद थां ते ला दो किसी स्कूल च कॉलेज च हस्पताल च नाले तो सारा साल लोग पानी पीन नाले गुरु अर्जन देव जी नूं याद कर ना हुण तुहाडे कहण दा की मतलब है असी हुण गुरपुरब मनाने भी बंद कर दईए गल्लां करदे आ लख लख रुपया लोकी ला दिंदे गुरुद्वारिआं ते ना 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 प्रधान जी गुरुद्वारिआं ते नहीं पत्थरां ते असी कार सेवा दे नां ते अपनी कौम दा सारा इतिहास पत्थरां थले दबता जिन्हां नूं कोई पुछण वाला होवे भाई भले ओह लोको जे पत्थर लाउणे ही है थोड़े जिहे परे करके ला लो आ गुरु साहब दीआं निशानीआं तां ना ढाओ इन्हां नूं तां पत्थरां थले ना दबो ना तुहाडे कहण दा मतलब असी हुण पुन दा काम भी ना करिए सुखदेव सिंह अपनीआं आउण वालीआं पीढ़ियां नूं इतिहास नालों तोड़ देना अपना इतिहास पत्थरां थले दब देना इह कित्थों पुन दा काम हो गया यार आ दूजे पासे गोरिआं नूं देख लै ओए सैकड़े साल पुरानीआं इमारतां उन्हां ने शीशां 'च सांभ के रख लईआं अपनीआं आउण वालीआं पीढ़ियां नूं दिखाउण वास्ते ओए आपां की दिखावांगे आ होर तां होर आ हुण अपनी अखां सामने 84 बीते है सातों ओह नहीं सांभिया गया ओह भी असीं पत्थरां दी चकाचौंध थले दबता ओह जिद्दां तुसीं सोची जाने हो ना ऐदां कोई नहीं सोचदा इह गल तेरी वाकई ठीक है ऐदां कौण सोचदा जे कोई सोचण दी कोशिश करदा है ओहदी सुणदा कोई नहीं सुखदेव सिंह आ जवान अपना काका है कॉलेज जांदा पढ़न वास्ते कॉलेजों आया होना ऐश वेले जवान जहान मुंडा है ऐश नहीं करूगा तो होर की करूगा फिर वड्डा हो के इन्हें साड़ी ओदा थां सांभणी है प्रधान बन के वाह ओए सुखदेव सिंह सदके जमा तेरी प्रधानगी दे नहीं रीसां तेरियां कई पीढ़ियां दी सोची बैठा है ना सोचा फिर वाहगुरु कर कृपा जिन नाम लाए से हर हर सदा जिसनु कथा सुनाए आपनी से गुरुद्वारे सुख पावे सतगुरु फुरमाया कारी एह करे छोड़ कट के अंतर ज्योत धरे हो
अंतर जोत धरे हो। हर का नाम अमृत है, दारू एहो लाए हो, दारू एहो लाए हो, दारू एहो लाए हो। सतगुरु फुरमाया कारी एहे करे हो, सतगुरु फुरमाया कारी एहे करे। सतगुर का पहाड़ा चित रखो, संजम सच्चा ने हो, नानक ऐथे सुख है अंदर रखसी, आगे हर स्यों केल करे हो, हर स्यों केल करे हो, हर स्यों केल करे हो। सतगुरु फुरमाया कारी एह करे, सतगुरु फुरमाया कारी एहे करे, सतगुरु फुरमाया कारी एहे करे, सतगुरु सतगुरु फुरमाया कारी एहे करे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਪੁੱਤਰ ਜੀ, ਤੁਸੀਂ ਇਸੇ ਪਿੰਡ ਦੇ ਹੋ? ਹਾਂਜੀ ਬਾਬਾ ਜੀ। ਕਦੇ ਤੁਹਾਨੂੰ ਗੁਰੂ ਘਰ ਨਹੀਂ ਵੇਖਿਆ? ਕਿਹੜਾ ਗੁਰੂ ਘਰ, ਇਹ ਤਾਂ ਉੱਚੀ ਜਾਤ ਵਾਲਿਆਂ ਦਾ ਘਰ ਹੈ। ਗੁਰੂ ਘਰ ਲਈ ਇਹੋ ਜਿਹੇ ਲਫ਼ਜ਼ ਨਹੀਂ ਵਰਤੀਦੇ ਹੁੰਦੇ ਪੁੱਤਰ। ਮੈਨੂੰ ਪਤਾ ਹੈ ਬਾਬਾ ਜੀ, ਇਹ ਲਫ਼ਜ਼ ਸਹੀ ਨਹੀਂ, ਪਰ ਕੁਝ ਕੁ ਲੋਕਾਂ ਨੇ ਸਿੱਖੀ ਨੂੰ ਬਦਨਾਮ ਕਰ ਦਿੱਤਾ ਤੇ ਗੁਰੂ ਘਰਾਂ ਨੂੰ ਚੌਧਰ ਦੇ ਟਿਕਾਣੇ ਬਣਾ ਲਿਆ। ਪਰ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਇਹਨਾਂ ਨੂੰ ਚੌਧਰ ਦੇ ਟਿਕਾਣੇ ਨਹੀਂ ਨਾ ਬਣਾਇਆ। ਗੁਰੂ ਪਾਤਸ਼ਾਹ ਨੇ ਤਾਂ ਜਾਤਾਂ ਪਾਤਾਂ ਤੋਂ ਉੱਚੇ ਉੱਠ ਕੇ 15 ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਸਾਨੂੰ ਇਨਸਾਨੀਅਤ ਦਾ ਉਪਦੇਸ਼ ਦਿੱਤਾ। ਬਾਬਾ ਜੀ, ਪਰ ਇਸ ਉਪਦੇਸ਼ ਨੂੰ ਮੰਨਦਾ ਕੌਣ ਹੈ? ਇਹਨਾਂ ਲੋਕਾਂ ਨੇ ਤਾਂ ਗੁਰਦੁਆਰੇ ਵੀ ਆਪੋ ਆਪਣੇ ਬਣਾ ਲਏ। ਕੋਈ ਜੱਟਾਂ ਦਾ ਗੁਰਦੁਆਰਾ, ਕੋਈ ਭਾਪਿਆਂ ਦਾ ਗੁਰਦੁਆਰਾ, ਕੋਈ ਰਵਿਦਾਸੀਆਂ ਦਾ ਗੁਰਦੁਆਰਾ ਤੇ ਕੋਈ ਸੈਣੀਆਂ ਦਾ ਗੁਰਦੁਆਰਾ। ਇੱਥੇ ਸਿੱਖ ਦਾ ਗੁਰਦੁਆਰਾ ਕਿੱਥੇ ਹੈ? ਇਹ ਸਿੱਖੀ ਤੋਂ ਮੂੰਹ ਮੋੜਨ ਦਾ ਸਮਾਂ ਨਹੀਂ, ਬਲਕਿ ਸਿੱਖੀ ਨੂੰ ਸੰਭਾਲਣ ਦਾ ਸਮਾਂ ਹੈ। ਇਕੱਠੇ ਹੋਵੋ ਤੇ ਪੰਥ ਦੀ ਅਗਵਾਈ ਕਰੋ। ਕਿਹੜਾ ਪੰਥ ਬਾਬਾ ਜੀ? ਕਿਸ ਪੰਥ ਦੀਆਂ ਗੱਲਾਂ ਕਰਦੇ ਹੋ? ਜਿਹੜਾ ਡੇਰਿਆਂ, ਟਕਸਾਲਾਂ, ਮਿਸ਼ਨਰੀਆਂ, ਅਖੰਡ ਕੀਰਤਨੀਆਂ, ਨਾਮਧਾਰੀਆਂ, ਨਾਨਕਸਰੀਆਂ ਤੇ ਨੀਲਧਾਰੀਆਂ ਦੇ ਵਿੱਚ ਵੰਡਿਆ ਗਿਆ। ਹੁਣ ਤਾਂ ਕਲਗੀਧਰ ਦਸ਼ਮੇਸ਼ ਪਿਤਾ ਚਾਹੁਣ ਤਾਂ ਹੀ ਉਹ ਪੰਥ ਸੰਭਲ ਸਕਦਾ ਹੈ। ਤੁਸੀਂ ਵੀ ਤਾਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੋ ਤੇ ਉਹ ਸਾਡੀ ਜ਼ਿੰਮੇਵਾਰੀ ਲਾ ਗਏ ਨੇ ਇਸ ਪੰਥ ਨੂੰ ਸੰਭਾਲਣ ਦੀ। ਪੁੱਤਰ, ਅੱਜ ਪੰਥ ਨੂੰ ਖਤਰਾ ਗੈਰਾਂ ਤੋਂ ਨਹੀਂ ਆਪਣਿਆਂ ਤੋਂ ਹੈ। ਪਰ ਉਹ ਕਿੱਦਾਂ ਬਾਬਾ ਜੀ? ਗੁਰੂ ਘਰ ਦਾ ਪ੍ਰਬੰਧ ਸੰਭਾਲੋ, ਅੱਗੇ ਆਓ, ਸਮਾਂ ਬਦਲਾਓ ਮੰਗਦਾ। ਪਰ ਕੁਛ ਨਹੀਂ, 5 ਦਿਨਾਂ ਬਾਅਦ ਗੁਰਦੁਆਰਾ ਸਾਹਿਬ ਦੀ ਕਮੇਟੀ ਦੀ ਚੋਣ ਹੈ। ਨੌਜਵਾਨਾਂ ਨੂੰ ਇਕੱਠੇ ਕਰੋ ਤੇ ਇਸ ਚੋਣ ਨੂੰ ਲੜੋ ਜੀ। ਰੋਸ ਨਾ ਕੀਜੇ, ਉੱਤਰ ਦੀਜੇ। ਬਹੁਤ ਘੋੜੇ ਨੇ, ਤੁਸੀਂ ਸੁਣਾਓ ਇੱਥੇ ਸੰਗਤ ਕਿੱਦਾਂ ਹੈ? ਬਹੁਤ ਵਧੀਆ ਜੀ, ਕਣਕ ਵੀ ਬਹੁਤ ਯਾਦ ਕੀਤਾ। ਅੱਛਾ, ਪਿਛਲੀ ਵਾਰ ਵੀ ਬਹੁਤ ਸੇਵਾ ਹੋਈ ਸੀ। ਓ ਲੈ, ਓ ਆ ਗਏ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਆ ਬਾਬਿਆਂ ਦੀ ਅਨਾਉਂਸਮੈਂਟ ਕਰਦੇ ਜੀ। ਕਾਹਦੀ ਅਨਾਉਂਸਮੈਂਟ ਕਰਨੀ ਹੈ? ਗੁਰਮੁਖੋ, ਸਾਧ ਸੰਗਤ ਨੂੰ ਬੇਨਤੀ ਕਰਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਘੋੜਿਆਂ ਵਾਲੇ ਡੇਰੇ ਤੋਂ ਬਾਬੇ ਆਏ ਨੇ ਕਣਕ ਇਕੱਠੀ ਕਰਨ, ਤੇ ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਉਣਾ। ਕਿਹੜੇ ਘੋੜੇ? ਇਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਘੋੜਿਆਂ ਦੀ ਵੰਸ਼ ਹੈ। ਇੱਥੇ ਪੰਥ ਖੇਰੂ ਖੇਰੂ ਹੋਇਆ ਫਿਰਦਾ ਤੇ ਤੁਸੀਂ ਘੋੜੇ ਸਾਂਭੀ ਬੈਠੇ ਹੋ। ਗੁਰਮੁਖੋ, ਅਸੀਂ ਤਾਂ ਪੰਥ ਦੇ ਘੋੜੇ ਹੀ ਸਾਂਭੇ ਹੈ।
ਇੱਥੇ ਤਾਂ ਬਾਬੇ ਆ ਜਿਹੜੇ ਮਰੇ ਹੋਏ ਬਾਬਿਆਂ ਦੇ ਬਾਟੇ ਚੱਪਲਾਂ ਕੁੰਡੀਆਂ ਤੇ ਚੋਲਿਆਂ ਦੀ ਪੂਜਾ ਕਰਵਾਈ ਜਾਂਦੀ ਆ ਲੋਕਾਂ ਤੋਂ। ਇਹੀ ਤਾਂ ਸਾਡੀ ਕੌਮ ਦਾ ਦੁਖਾਂਤ ਹੈ। ਅਸੀਂ ਗੁਰੂਆਂ ਤੇ ਸ਼ਹੀਦਾਂ ਦੀਆਂ ਨਿਸ਼ਾਨੀਆਂ ਨੂੰ ਢਾ ਕੇ ਸੰਗਮਰਮਰ ਲਾਈ ਜਾਂਦੇ ਹਾਂ ਤੇ ਬਾਬਿਆਂ ਦੀਆਂ ਨਿੱਕੀਆਂ ਮੋਟੀਆਂ ਨਿਸ਼ਾਨੀਆਂ ਨੂੰ ਪੂਜੀ ਜਾਂਦੇ ਹਾਂ। ਉਹ ਗੁਰਮੁਖੋ ਬਸ ਕਰੋ, ਅਨਾਊਂਸਮੈਂਟ ਕਰਨੀ ਆ ਤਾਂ ਕਰੋ, ਨਹੀਂ ਤਾਂ ਡੇਰੇ ਨੂੰ ਘਾਟ ਨਹੀਂ ਕਿਸੇ ਚੀਜ਼ ਦੀ। ਦੇਸ਼ਾਂ ਵਿਦੇਸ਼ਾਂ 'ਚ ਬਹੁਤ ਸੰਗਤ ਬੈਠੀ ਸਾਡੀ। ਬਾਬਾ ਜੀ, ਤੁਸੀਂ ਆਪਣੀ ਗੋਲਕ ਤਾਂ ਅਮਰੀਕਾ ਕੈਨੇਡਾ ਤੱਕ ਪਹੁੰਚਾ ਦਿੱਤੀ ਪਰ ਸਿੱਖੀ ਨੂੰ ਪੰਜਾਬ ਤੱਕ ਨਹੀਂ ਪਹੁੰਚਾ ਸਕੇ। ਉਹ ਚਲੋ ਗੁਰਮੁਖੋ ਚੱਲੀਏ, ਆਇਆ ਵੱਡਾ ਪੰਥ ਦਰਦੀ। ਦਰਸ਼ਨ ਸਿੰਘ ਜੀ, ਹਾਂਜੀ, ਜਿੱਦਾਂ ਆਪਾਂ ਫੈਮਿਲੀ ਡਾਕਟਰ ਰੱਖੇ ਹੁੰਦੇ ਨਾ, ਉਵੇਂ ਦੇਸ਼ਾਂ ਵਿਦੇਸ਼ਾਂ ਵਾਲੇ ਲੋਕਾਂ ਨੇ ਫੈਮਿਲੀ ਬਾਬੇ ਰੱਖੇ ਹੋਏ ਨੇ। ਸੱਚੀ ਬਾਬਾ ਜੀ? ਬਾਬਾ ਜੀ ਤਾਂ ਹਰ ਸਾਲ ਅੰਦਰ ਟਰਾਲੀਆਂ ਭਰ ਕੇ ਕਣਕ ਦੀਆਂ ਲੈ ਜਾਂਦੇ, ਅੱਜ ਕੀ ਤੁਸੀਂ ਭਜਾਇਆ ਜੀ ਇਹ? ਹਾਂਜੀ ਸੈਕਟਰੀ ਸਾਹਿਬ, ਕੀ ਹਾਲ ਚਾਲ ਨੇ ਤੁਹਾਡੇ? ਮੈਂ ਠੀਕ ਆ ਪ੍ਰਧਾਨ ਸਾਹਿਬ, ਤੁਸੀਂ ਸੁਣਾਓ? ਆਪਾਂ ਵੀ ਵਧੀਆ, ਤੁਸੀਂ ਸੁਣਾਓ? ਪੈਰੀ ਪੈਣਾ ਪ੍ਰਧਾਨ ਸਾਹਿਬ। ਵਧੀਆ ਪ੍ਰਧਾਨ ਸਾਹਿਬ, ਸੁਣਿਆ ਸੰਗਤ ਕਮੇਟੀ ਤੋਂ ਨਾਰਾਜ਼ ਹੈ, ਲੋਕ ਭਾਈ ਜੀ ਦੀ ਛੁੱਟੀ ਤੋਂ ਔਖੇ ਨੇ, ਕਹਿੰਦੇ ਕਮੇਟੀ ਨੇ ਭਾਈ ਸਾਹਿਬ ਦੀ ਛੁੱਟੀ ਕਰਕੇ ਠੀਕ ਨਹੀਂ ਕੀਤਾ। ਉਹ ਕਿਹੋ ਜਿਹੀਆਂ ਭੋਲੀਆਂ ਗੱਲਾਂ ਕਰਦੇ ਹੋ ਸੈਕਟਰੀ ਸਾਹਿਬ? ਮਾਲਕ ਆ ਪਾ ਮਾਲਕ, ਸੰਗਤ ਦਾ ਕੰਮ ਹੁੰਦਾ ਬੋਲਣਾ, ਬੋਲੀ ਜਾਣ ਦੋ, ਬੋਲ ਬੋਲ ਕੇ ਆਪੇ ਹੀ ਚੁੱਪ ਕਰ ਜਾਣਗੇ, ਦਿਨਾਂ 'ਚ ਭੁੱਲ ਜਾਣਾ ਉਹਨਾਂ ਨੇ ਕਿ ਹੋਇਆ ਕੀ ਸੀ। ਫਿਰ ਵੀ ਪ੍ਰਧਾਨ ਸਾਹਿਬ, ਨਿਯਮ ਤੇ ਕਾਨੂੰਨ ਵੀ ਕੋਈ ਚੀਜ਼ ਹੁੰਦੇ ਨੇ। ਗੁਰਦੁਆਰਾ ਸਾਡਾ ਤੇ ਕਾਨੂੰਨ ਵੀ ਸਾਡੇ, ਫਿਕਰ ਕਿਉਂ ਕਰਦੇ ਹੋ? ਫਿਰ ਵੀ ਦੇਖ ਲਿਓ ਪ੍ਰਧਾਨ ਸਾਹਿਬ, ਅੱਗੇ ਗੁਰਦੁਆਰੇ ਦੇ ਇਲੈਕਸ਼ਨ ਆ ਰਹੇ ਨੇ। ਤੁਸੀਂ ਟੈਨਸ਼ਨ ਨਹੀਂ ਲੈਣੀ, ਇਲੈਕਸ਼ਨ ਤਾਂ ਆਪਾਂ ਜਿੱਤ ਹੀ ਲੈਣੀ ਹੈ, ਕਿੱਲੇ ਗੱਡੇ ਹੋਏ ਨੇ ਆਪਾਂ, ਜੱਤੀ ਜਾਇਦਾਦ ਆ ਆਪਣੀ, ਸਾਨੂੰ ਕੌਣ ਹਿਲਾ ਦੂ ਇੱਥੋਂ ਦੀ। ਪਰ ਫਿਰ ਵੀ ਫਿਕਰ ਤਾਂ ਹੁੰਦੀ ਹੈ ਪ੍ਰਧਾਨ ਸਾਹਿਬ। ਫਿਕਰ ਨਾ ਕਰੋ, ਮਿਲਦੇ ਆ ਸ਼ਾਮੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂ ਕਰਾਨਾ ਬਾਬਾ ਜੀ ਨਾਲ ਗੱਲ। ਬਾਬਾ ਜੀ, ਹਾਂਜੀ ਹਾਂਜੀ ਮੈਂ ਕਰਾਨਾ ਗੱਲ। ਆ ਬਾਬਾ ਜੀ ਗੱਲ ਕਰਿਓ ਜੀ। ਕੌਣ ਹੈ? ਉਹ ਬਾਬਾ ਜੀ ਅਮਰੀਕਾ ਤੋਂ ਹੈ, ਤੁਸੀਂ ਗੱਲ ਤਾਂ ਕਰੋ। ਹੈਲੋ, ਤੁਹਾਡਾ ਕੋਈ ਅਖੰਡ ਪਾਠ ਸਾਹਿਬ ਨੀ ਹੋਇਆ ਤੇ ਨਾ ਹੀ ਕੋਈ ਹੁਕਮਨਾਮਾ ਤਿਆਰ ਹੈ। ਬਾਬਾ ਜੀ ਅਸੀਂ ਤਾਂ ਹਰ ਸਾਲ ਅਖੰਡ ਪਾਠ ਕਰਵਾਉਂਦੇ ਆ ਤੇ ਹੁਕਮਨਾਮਾ ਅਸੀਂ ਫੋਨ ਤੇ ਸੁਣਦੇ ਆ। ਭਾਈ ਸਾਹਿਬ ਤੁਸੀਂ ਅਮਰੀਕਾ ਤੇ ਅਖੰਡ ਪਾਠ ਸਾਹਿਬ ਇੰਡੀਆ, ਗੁਰੂ ਨਾਨਕ ਪਾਤਸ਼ਾਹ ਨੇ ਤਾਂ ਉਸ ਕਾਜ਼ੀ ਤੇ ਉਸ ਨਵਾਬ ਦੀ ਨਮਾਜ਼ ਨੂੰ ਵੀ ਪ੍ਰਵਾਨ ਨਹੀਂ ਸੀ ਕੀਤਾ ਜਿਹੜੇ ਸਰੀਰ ਕਰਕੇ ਤਾਂ ਹਾਜ਼ਰ ਸੀ ਪਰ ਮਨ ਕਰਕੇ ਹਾਜ਼ਰ ਨਹੀਂ ਸੀ। ਉਹ ਤੁਸੀਂ ਤਾਂ ਮਨ ਕਰਕੇ ਵੀ ਨਹੀਂ ਤੇ ਸਰੀਰਕ ਤੌਰ ਤੇ ਵੀ ਹਾਜ਼ਰ ਨਹੀਂ ਹੋ, ਤੁਹਾਡਾ ਅਖੰਡ ਪਾਠ ਸਾਹਿਬ ਕਿੱਥੋਂ ਪ੍ਰਵਾਨ ਹੋ ਜਾਣਾ ਹੈ? ਭਾਈ ਸਾਹਿਬ ਅਸੀਂ ਹਰ ਸਾਲ ਮਾਇਆ ਭੇਜਦੇ ਹਾਂ। ਭਾਈ ਸਾਹਿਬ ਜੀ ਇਹ ਗੁਰਬਾਣੀ ਹੈ, ਕੋਈ ਦੁਕਾਨਦਾਰੀ ਨਹੀਂ ਕਿ ਤੁਸੀਂ ਪੈਸੇ ਦਿੱਤੇ ਤੇ ਸੌਦਾ ਖਰੀਦ। ਮਾਫ ਕਰਨਾ, ਤੁਹਾਡਾ ਕੋਈ ਅਖੰਡ ਪਾਠ ਸਾਹਿਬ ਨਹੀਂ ਹੋਇਆ। ਹੈਲੋ ਹੈਲੋ ਬਾਬਾ ਜੀ, ਤੁਸੀਂ ਇਹ ਕੀ ਕੀਤਾ? ਕੋਈ ਵੀ ਸ਼ਬਦ ਸੁਣਾ ਦਿੰਦੇ। ਸ਼ਬਦ ਸ਼ਬਦ ਦੀ ਤਾਂ ਸਮਝ ਰੱਖਿਆ ਸੀ ਇਸ ਨੇ, ਗੁਰੂ ਤੇ ਕਦੇ ਮੰਨਿਆ ਹੀ ਨਹੀਂ। ਅਖੰਡ ਪਾਠਾਂ ਦੀਆਂ ਲੜੀਆਂ ਲਾ ਲਾ ਕੇ ਅਸੀਂ ਕਰਮ ਕਾਂਡੀ ਤਾਂ ਜ਼ਰੂਰ ਬਣ ਗਏ ਹਾਂ ਪਰ ਸ਼ਬਦ ਗੁਰੂ ਦੇ ਲੜ ਨਹੀਂ ਲੱਗੇ। ਅੱਗੇ ਤੋਂ ਧਿਆਨ ਰੱਖਿਓ, ਹੁਣ ਗੁਰਦੁਆਰਾ ਸਾਹਿਬ ਇਹ ਪਖੰਡ ਨਹੀਂ ਚੱਲਣਾ, ਤੁਸੀਂ ਜਾ ਸਕਦੇ ਹੋ। ਕੋਈ ਨਾ, ਕਰਦਾ ਮੈਂ ਪ੍ਰਧਾਨ ਸਾਹਿਬ ਨਾਲ ਗੱਲ। ਛੱਡੋ ਬਾਬਾ ਜੀ, ਤੁਸੀਂ ਕੀ ਕਰਨ ਲੱਗ ਪਏ? ਇਹ ਤਾਂ ਸੇਵਾਦਾਰਾਂ ਦਾ ਕੰਮ ਹੈ। ਉਹ ਦਰਸ਼ਨ ਸਿੰਘ ਜੀ, ਜਿਹੜਾ ਗੁਰੂ ਘਰ ਦਾ ਹੋ ਗਿਆ ਉਹ ਗੁਰੂ ਘਰ ਦਾ ਸੇਵਾਦਾਰ ਹੀ ਹੁੰਦਾ। ਦਰਸ਼ਨ ਸਿੰਘ ਜੀ ਇੱਕ ਗੱਲ ਕਹਿਣੀ ਸੀ ਜੇ ਬੁਰਾ ਨਾ ਮੰਨੋ ਤਾਂ। ਹਾਂਜੀ ਤੁਸੀਂ ਹੁਕਮ ਕਰੋ ਜੀ। ਸਿੱਖ ਰਹਿਤ ਮਰਿਆਦਾ ਅਨੁਸਾਰ ਦਾੜੀ ਰੰਗਣੀ ਸਖ਼ਤ ਮਨਾ ਕੀਤੀ ਹੋਈ ਹੈ। ਪਰ ਬਾਬਾ ਜੀ ਇੱਥੇ ਤਾਂ ਅੱਧੀ ਕਮੇਟੀ ਦਾੜੀ ਰੰਗੀ ਫਿਰਦੀ ਹੈ ਜੀ। ਦਰਸ਼ਨ ਸਿੰਘ ਜੀ ਇਹੀ ਤਾਂ ਤਰਾਸਦੀ ਹੈ ਸਾਡੀ ਕੌਮ ਦੀ। ਸਾਨੂੰ ਪ੍ਰਚਾਰਕ ਚਾਹੀਦੇ ਜਨੂਨ ਵਾਲੇ ਤੇ ਪ੍ਰਬੰਧਕ ਚਾਹੀਦੇ ਨੇ ਅਮੀਰ, ਜਿਹੜੇ ਬੰਦੇ ਕੋਲ ਚਾਰ ਪੈਸੇ ਦੇਖੇ ਅਸੀਂ ਉਹਨੂੰ ਪ੍ਰਧਾਨ ਬਣਾ ਦਿੰਦੇ ਹਾਂ। ਸਾਨੂੰ ਜੀਵਨ ਵਾਲੇ ਪ੍ਰਚਾਰਕਾਂ ਦੇ ਨਾਲ ਨਾਲ ਜੀਵਨ ਵਾਲੇ ਪ੍ਰਬੰਧਕਾਂ ਦੀ ਵੀ ਲੋੜ ਹੈ। ਪਰ ਬਾਬਾ ਜੀ
प्रबंधक भी तो इलेक्शन नाल ही चुने जाते हैं। साड़ी कौम विच पता नहीं इलेक्शन कित्थों आ गए। अगे सिलेक्शन होंदी सी, हुण इलेक्शन होंदी है। इलेक्शन विच बहुतात विच बेईमान लोग ही तो जित के आंदे ना दर्शन सिंह जी। ओ छड्डो बाबा जी, कोई ईमानदार होवे कोई बेईमान होवे, आपा की लेना, आपां नूं तो तनखाह मिली जांदी है जी। दर्शन सिंह जी, हां जी, इसे गल दा तां रोना है कि साडे प्रचारकां ने अपनी सेवा नूं ड्यूटियां मनना शुरू करता। गुरुद्वारे बन गए फैक्ट्रियां जिथे कथा कीर्तन ते पाठां दे रेट तय हुंदे ने। फिर असी कहने कि असी सिर्फ 2% रह गए। पर बाबा जी, प्रचार करना था प्रचारका दा काम है जी। नहीं, ये हर सिख दा काम है। हर सिख प्रचारक है। गुरु दा प्रचार करना हर सिख दा फर्ज है। इत्थे तां ग्रंथी सिंह अमृत वेले आप गुरु महाराज दा कल्ला ही प्रकाश कर रहा, ते प्रबंधक सुते पए ने अपने घरां च। बाबा जी, अज तुहाडियां गल्लां सुन के मैनूं लगन लग पिया कि मैं गलत सी जी, ते नाले बाबा जी अज तो बाद मैं सच्चा सिख ते सच्चा प्रचारक बनने दा जतन करांगा बाबा जी। गुरु कृपा करनगे, दर्शन सिंह जी कृपा करनगे। आओ सेवा ते लगिए। सेक्रेटरी साहब, टेंशन लैण दी लोड़ नहीं, लंगर हाल च आपां मीटिंग इसे करके तो रखी है। पहला आपां किसे दी सुनीए जिहड़ा हुण सुणांगे। ओ आ वी मगरा, ओ दो दिनां नूं कमेटी जुड़नी है ते तू पैर जिक सीट दा तुरिया आउणा है। अगे केड़ा 15 साल तो लहू डोल के जित दे आउने आ, अगे खड़न वाला तो कोई है नहीं। हुणे प्रेखा कट दियो। क्यों? आहो, मैं भी सुनया है आ बेड़े आलां दा सुखचैन बड़ा दित सिंह बणिया फिरदा है, ते पिंड दे कई मुंडे भी नाल रला ले। ओ देखियो किते गुरुद्वारा सुधार लहर ना चला दवे। ओ ऐ किते लहरां चलदियां ने, लहरां चलाउण वास्ते खून डोलना पैंदा खून, नाले इलेक्शन जितने वास्ते पैसे चाहिए ने, ते गोलकां दियां चाबियां ने साडे कोल, ते ठेकियां दे जिंदे खुलदे ने माया दे नाल। ठीक है ना? ओ शाबाश। बाय।
बाबा जी तुहानू लगता है कि लोग कुर्सियां छड़नगे? गल तां तेरी ठीक है, इन्हां लोकां नू गुरद्वारियां दी राजनीति चो बाहर कढ़ना कोई सौखा काम नहीं। कदे उह समां सी जदों महंता ते उदासियां तों सानू गुरद्वारे आजाद कराउण लई लहू डोलमी जंग लड़नी पई, ते अज फिर कौम जंग दे दरवाजे ते खड़ी है। पर अज दुश्मन गैर नहीं अपने ने। बाबा जी जंग लड़न लई फौज दी लोड़ पैंदी है, पर इत्थे तां कोई फौज ही नहीं। ओ भाई सुखचैन सिंह, फौजां तां इत्थे बहुत ने, पर कौम लई लड़न वालियां नहीं, कब्जे करन वालियां। बिल्कुल, वैसे भी साड़ी कौम लड़न दा हुनर गुआ चुकी है। असी दुश्मनां नाल नहीं अपने नाल ही लड़ी जाने हैं, सानू गैरां ते अपने विचला फर्क ही नजर नहीं आउंदा। हाँ जी सरपंच साहब, पर सानू कट्ठे होण लई मुद्दे चाहिए ने। मुद्दे सुखचैन सिंह बहुत ने, कट्ठे होण लई नहीं लड़न लई। कदे असी मास दे मुद्दे ते लड़दे हां, कदे असी दसम ग्रंथ दे मुद्दे ते लड़दे हां। जे कुछ होर नजर नहीं आउंदा फिर असी नानकशाही कैलेंडर दे मुद्दे ते लड़ी जाने हां। जिन्हां मुद्दियां ते कौम नूं कट्ठे होना चाहीदा सी ना, असी उन्हां मुद्दियां ते लड़ी जाने हां। इही तां साडी कौम दी त्रासदी है। गुरु साहब कह गए सी, खालसा मेरो रूप है खास, ते अज खास ही खास नाल लड़ी जा रहे हां। मैं तां कदे कदे सोचदा जे अज भी असी ना संभले ना, तां आउण वालियां नसलां सानूं अजायब घरां चों भालिया करनगियां, कि सिख भी कोई चीज होंदे सी। राज करेगा खालसा कहण नाल राज नहीं आउणा, पहला असल खालसे बनना पैना है, सच्चा सुच्चा खालसा पैदा करना पैना है। पुत्र तू इस जंग नू लड़न की तैयारी कर, आपां इह जंग जरूर जितणी है। तुहाडा वड्डियां दा साथ चाहिए, तुसी नाल हो तां जरूर जितांगे। हमेशा नाल हां पुत्र। बस हुण गुरु साहब तो आग्या लो। हे सच्चे पातशाह, मेरे कोल तेरे सिवा कुछ नहीं, ते जिहदे नाल तू है वो कदे नहीं हारदा, कदे नहीं हारदा। सच्चे पातशाह मेहर करी, वाहेगुरु वाहेगुरु। हाँ जी सेक्रेटरी साहब। हाँ जी प्रधान साहब। तुसी की सोचते हैं, जे तुसी नहीं आओगे तो कमेटी नहीं बनेगी? इन्हां कल दे जवाकां कोलों तुसी डर सकते हो, मैं नहीं। मैं तां घुमा दूं इन्हां दीआं पमीरियां। पर ओ प्रधान साहब। चंगा बाय, वेख ला मगरा तेरा सेक्रेटरी भी भज्जिया फिरदा। पर आपां तां नहीं डरन वाले, वेखदे हां की करदे आ। चला चलिए। ਸਾਡੇ ਕੋਲ ਤਜਰਬਾ, ਐਵੇਂ ਤੇ ਨਹੀਂ ਵਰਿਆਂ ਤੋਂ ਅਸੀਂ ਇੱਥੇ ਬੈਠੇ ਹੋਏ। ਉਹ ਤੁਸੀਂ ਕੱਲ ਦੇ ਜਵਾਕ, ਤੁਹਾਨੂੰ ਕੀ ਪਤਾ ਗੁਰਦੁਆਰੇ ਕਿਵੇਂ ਚੱਲਦੇ ਨੇ? ਪ੍ਰਧਾਨ ਸਾਹਿਬ ਆਹੀ ਤਾਂ ਗੱਲ ਹੈ, ਅਸੀਂ ਗੁਰਦੁਆਰੇ ਬਣਾਉਣ ਤੇ ਚਲਾਉਣ 'ਚ ਹੀ ਲੱਗ ਗਏ। ਗੁਰਦੁਆਰੇ ਚਲਾਉਣੇ ਸੌਖੇ ਨਹੀਂ ਕਾਕਾ, ਜਿੰਨੀ ਰਾਜਨੀਤੀ ਗੁਰਦੁਆਰਿਆਂ 'ਚ ਹੁੰਦੀ ਹੈ ਪੂਰੇ ਮੁਲਕ 'ਚ ਨਹੀਂ ਹੁੰਦੀ। ਬਿਲਕੁਲ ਸੁਖਦੇਵ ਸਿੰਘ, ਬਿਲਕੁਲ ਠੀਕ ਕਿਹਾ ਤੂੰ। ਗੁਰਦੁਆਰਿਆਂ 'ਚ ਤਾਂ ਹੁਣ ਰਾਜਨੀਤੀ ਬਚੀ ਹੈ, ਸਿੱਖੀ ਤਾਂ ਅਸੀਂ ਧੱਕੇ ਮਾਰ ਮਾਰ ਕੇ ਬਾਹਰ ਕੱਢਤੀ। ਨਾ ਤੁਹਾਨੂੰ ਕੀ ਲੱਗਦਾ ਅਸੀਂ ਸਿੱਖ ਨਹੀਂ? ਨਾ ਨਾ ਨਾ, ਦੇਖਣ ਨੂੰ ਤੁਸੀਂ ਬਿਲਕੁਲ ਸਿੱਖ ਹੋ, ਪਰ ਕੁਰਸੀ ਦੇ, ਹੋਮੇ ਦੇ, ਮਾਇਆ ਦੇ, ਚੌਧਰ ਦੇ, ਪਰ ਗੁਰੂ ਦੇ ਸਿੱਖ ਨੇ। ਇਹ ਸਭ ਕਿਤਾਬੀ ਗੱਲਾਂ ਨੇ, ਕਹਿਣ ਦੀਆਂ ਗੱਲਾਂ ਨੇ। ਓਏ ਜਵਾਕ ਨੇ, ਇਹਨਾਂ ਦੀ ਉਮਰ ਨਹੀਂ ਪ੍ਰਧਾਨਗੀਆਂ ਕਰਨ ਦੀ, ਇਹਨਾਂ ਦੀ ਉਮਰ ਆ ਖਾਣ ਦੀ, ਪੀਣ ਦੀ, ਮੌਜਾਂ ਮਾਣਨ ਦੀ। ਗੁਰਮਨ ਮਿਸ਼ਨ ਪੂਰਾ ਹੋ ਗਿਆ, ਬਸ ਮੈਂ ਆ ਰਿਹਾ। ਇਹ ਕੰਮ ਤਾਂ ਸਾਡੀ ਉਮਰ ਦੇ ਬੰਦਿਆਂ ਨੂੰ ਫੱਬਦਾ। ਆਹੋ, ਤੁਹਾਡੀ ਇਸੇ ਸੋਚ ਨੇ ਤਾਂ ਸਾਰੀ ਜਵਾਨੀ ਖਾਣ ਪੀਣ ਤੇ ਲਾਤੀ। ਨਾ ਤੂੰ ਕੀ ਚਾਹੁੰਦਾ, ਤੈਨੂੰ ਪ੍ਰਧਾਨ ਬਣਾ ਦਈਏ? ਪ੍ਰਧਾਨ ਨਹੀਂ, ਸੇਵਾਦਾਰ। ਨਾ ਫਿਰ ਅਸੀਂ ਕੀ ਕਰਾਂਗੇ? ਤੁਸੀਂ ਸਾਨੂੰ ਤਜਰਬੇ ਦਿਓ, ਪਰ ਚੰਗੇ। ਨਾ ਤੁਹਾਨੂੰ ਕੀ ਲੱਗਦਾ, ਪ੍ਰਧਾਨਗੀਆਂ ਕਰਨੀਆਂ ਸੌਖੀਆਂ ਨੇ? ਸੇਵਾ ਹੀ ਕਰਨੀ ਹੈ, ਜਿਹੜੀ ਮਰਜ਼ੀ ਕਰ ਲਓ, ਅਸੀਂ ਸੇਵਾ ਨੂੰ ਜਿੰਦੇ ਲਾਏ ਨੇ। ਪ੍ਰਧਾਨ ਜੀ, ਸੇਵਾ ਨੂੰ ਤਾਂ ਜਿੰਦੇ ਨਹੀਂ ਮਾਰੇ, ਪਰ ਗੁਰੂ ਘਰ ਦੀਆਂ ਗੋਲਕਾਂ ਤਾਂ ਜਿੰਦੇ ਮਾਰ ਲਏ। ਨਾ ਹੋਰ ਖੁੱਲੀਆਂ ਛੱਡ ਦਈਏ, ਜਿੰਦੇ ਲਾ ਕੇ ਕਿਹੜਾ ਲੁੱਟੀਆਂ ਨਹੀਂ ਜਾਂਦੀਆਂ। ਸਰਪੰਚ ਸਾਹਿਬ, ਜਿੰਨੀ ਵੀ ਮਾਇਆ ਸਾਡੀ ਕਮੇਟੀ ਕੋਲ ਹੈ ਨਾ, ਸਾਰੀ ਗੁਰੂ ਘਰਾਂ 'ਚ ਲੱਗਦੀ ਹੈ। ਮੈਨੂੰ ਪਤਾ ਸੁਖਦੇਵ ਸਿੰਘ, ਇਹ ਸਾਰੀ ਮਾਇਆ ਕਿੱਥੇ ਲੱਗਦੀ ਹੈ। ਇੱਕ ਆਮ ਬੰਦਾ ਆਪਣੀ ਦਸਾਂ ਨੋਹਾਂ ਦੀ ਕਿਰਤ ਕਰਕੇ ਉਹ ਜਦੋਂ ਸੰਬੰਧ ਕੱਢਦਾ,
गुरु की गोलक च पैसे पाउंदा है ते ओ माया तुसी वोटां वेले फीम पुक्कियां शराबां लई बणदे हो। सरपंच साहब, माया नाल बैंक भरिया पिया, जिन्ने पैसे असी कठे कीते ने ना पिछलियां किसे कमेटियां ने कठे कीते। माया कठी कीती है ओ चटना उस माया नू जिहड़ी थोड़ी बैंकां च पई है जिहड़ी कौम दे काम ही ना आवे। प्रधान जी कृपा करो उस माया नू बैंकां चो कढ के सिख कौम दे बच्चियां दी पढ़ाई ते लाओ ता के डाक्टर इंजीनियर वकील चंगे अफसर बनन ते कौम दा भला होवे। किथे सरपंच साहब, ए लोग साडी कौम बारे सोचणगे? कदे भी नहीं। कोई ना जवाना, जे ए लोग नहीं सोचणगे ता फिर आ जूत सोचूगा अपनी कौम बारे। ओ जिन्ना लोकां नू असी अपनी जुत्तियां च नहीं बैठ दिंदे तुसी उहनां लोकां नू साडे सिर ते बिठाउणा चाहुंदे हो। सखदेव सिंह, थोड़ी इस सोच ने डॉक्टर अंबेडकर नू अमृत नहीं सी छकण दित्ता ते उहदे पैरोकार जा बैठे डेरियां च। जे असी उदों इह गलती ना करदे ना ता अज साडी कौम 2% दी थां 60% हुंदी। ਇਹਨਾਂ ਦੇ ਭਗਤਾਂ ਨੇ ਵੀ ਤਾਂ ਬਾਣੀ ਚ ਰੱਖਿਆ ਹੀ ਹੈ, ਇਹ ਵੀ ਰਹਿ ਲੈਣੀ ਚੁੱਪ ਕਰਕੇ। ਉਹ ਗੁਰੂ ਸਾਹਿਬਾਂ ਨੇ ਰੱਖਿਆ ਸੀ, ਤੁਸੀਂ ਨਹੀਂ ਸੀ ਰੱਖਿਆ, ਤੁਸੀਂ ਤਾਂ ਨੀਵੇਂ ਨੀਵੇਂ ਕਹਿ ਕੇ ਕੱਢਤਾ। ਆਖੇ ਜੀ ਇਹ ਨੀਵੇਂ ਨੇ, ਤੁਸੀਂ ਕਹਿੰਦੇ ਹੋ ਇਹ ਲੋਕ ਸਾਡੇ ਬਰਾਬਰ ਬਹਿਣ ਜੋਗੇ ਨਹੀਂ। ਤੂੰ ਠੀਕ ਕਹਿਣਾ ਸੁਖਚੈਨ ਸਿਆ, ਅੱਜ ਜਿੰਨੀ ਊਚ ਨੀਚ ਜਿੰਨੀਆਂ ਜਾਤਾਂ ਪਾਤਾਂ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਵਾਲੀ ਸਾਡੀ ਕੌਮ ਚ ਹੈ ਨਾ, ਹੋਰ ਕਿਸੇ ਪਾਸੇ ਨਹੀਂ। ਓਏ ਹੋਰ ਤਾਂ ਹੋਰ, ਇਹਨਾਂ ਲੋਕਾਂ ਨੇ ਤਾਂ 15 ਭਗਤ ਨਹੀਂ ਬਖਸ਼ੇ। ਨਾ ਪ੍ਰਧਾਨ ਜੀ, ਤੁਸੀਂ ਮੈਨੂੰ ਇਹ ਦੱਸੋ ਜਿਨ੍ਹਾਂ ਭਗਤਾਂ ਨੇ ਬਾਣੀ ਲਿਖੀ ਉਹਨਾਂ ਭਗਤਾਂ ਦੇ ਸਾਨੂੰ ਦਿਹਾੜੇ ਨਹੀਂ ਮਨਾਉਣੇ ਚਾਹੀਦੇ? ਉਹਨਾਂ ਭਗਤਾਂ ਦੇ ਨਾਂ ਕੈਲੰਡਰਾਂ 'ਚ ਨਹੀਂ ਚਾਹੀਦੇ? ਕੀ ਦਰਬਾਰ ਸਾਹਿਬ ਤੋਂ ਉਹਨਾਂ ਭਗਤਾਂ ਦੇ ਨਾਂ 'ਤੇ ਨਗਰ ਕੀਰਤਨ ਨਹੀਂ ਸੀ ਨਿਕਲਣੇ ਚਾਹੀਦੇ? ਜਿਹੜੇ ਭਗਤ ਰਵਿਦਾਸ, ਭਗਤ ਕਬੀਰ, ਭਗਤ ਨਾਮਦੇਵ ਨੂੰ ਬਾਬੇ ਨਾਨਕ ਨੇ ਆਪਣੇ ਗਲ ਨਾਲ ਲਾਇਆ ਸੀ, ਓਏ ਤੁਸੀਂ ਤਾਂ ਉਹਨਾਂ ਭਗਤਾਂ ਦੇ ਨਾਂ ਅਰਦਾਸ ਸ਼ਾਮਲ ਵੀ ਨਹੀਂ ਕਰ ਸਕੇ, ਹੋਰ ਕੀ ਕਰੋਗੇ ਤੁਸੀਂ? ਸਰਪੰਚ ਸਾਹਿਬ, ਤੁਸੀਂ ਭਗਤਾਂ ਦੀ ਗੱਲ ਕਰਦੇ ਹੋ, ਇਹਨਾਂ ਲੋਕਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਵਿੱਚ ਵੀ ਵੰਡੀਆਂ ਪਾਈਆਂ ਹੋਈਆਂ ਨੇ। ਦਰਬਾਰ ਸਾਹਿਬ ਮੱਥਾ ਟੇਕਣ ਲਈ 2-2 ਘੰਟੇ ਖੜੇ ਰਹਿੰਦੇ ਆ, ਪਰ ਜਿਹੜੇ ਸਰੂਪ ਪ੍ਰਕਰਮਾ ਦੇ ਵਿੱਚ ਪ੍ਰਕਾਸ਼ ਨੇ ਉਹਨਾਂ ਸਾਹਮਣੇ ਛੁਰਲੀ ਵਾਂਗ ਨਿਕਲ ਜਾਂਦੇ ਆ। ਇਹ ਗਲਤੀਆਂ ਸਾਡੀਆਂ ਤੇ ਨਹੀਂ, ਅਸੀਂ ਤੇ ਨਹੀਂ ਪਾਈਆਂ ਇਹ ਵੰਡੀਆਂ। ਸਖਦੇਵ ਸਿਆਂ, ਬੇਸ਼ੱਕ ਇਹ ਗਲਤੀਆਂ ਤੁਹਾਡੀਆਂ ਨਹੀਂ, ਪਰ ਤੁਸੀਂ ਇਹਨਾਂ ਗਲਤੀਆਂ ਨੂੰ ਅੱਜ ਸੁਧਾਰ ਤਾਂ ਸਕਦੇ ਹੋ। ਉਹ ਕਿਵੇਂ? ਜਿੱਦ ਨਾ ਕਰੋ, ਦੇ ਦਿਓ ਇੱਕ ਮੌਕਾ, ਸਾਹਮਣ ਦੋ ਇਹਨਾਂ ਮੁੰਡਿਆਂ ਨੂੰ ਕੰਮ, ਸ਼ਾਇਦ ਕੋਈ ਕੌਮ ਦਾ ਭਲਾ ਹੋ ਜੇ। ਸਰਪੰਚ ਸਾਹਿਬ, ਮੈਨੂੰ ਪਤਾ ਤੁਸੀਂ ਸਹੀ ਕਹਿ ਰਹੇ ਹੋ, ਪਰ 500 ਸਾਲ ਇਹ ਸਿੱਖ ਪੰਥ ਵਿੱਚ ਆਈਆਂ ਗਿਰਾਵਟਾਂ ਨੂੰ ਦੂਰ ਨਹੀਂ ਕਰ ਸਕਦੇ। ਮੈਂ ਵੀ ਆਖਰ ਜ਼ਮਾਨਾ ਵੇਖਿਆ। ਦਿੱਤੀ ਇਹਨਾਂ ਨੂੰ ਪ੍ਰਧਾਨਗੀ, ਇਹ ਸਿੱਖ ਕੌਮ ਹੈ, ਜਦੋਂ ਤੱਕ ਲੁੱਟੀ ਤੇ ਕੁੱਟੀ ਨਾ ਜਾਵੇ ਉਦੋਂ ਤੱਕ ਜਾਗਦੀ ਨਹੀਂ। ਦੇਖਦੇ ਆ ਕੀ ਕਰਦੇ ਆ ਇਹ। ਲਓ ਵੀ ਜਵਾਨੋ, ਸਾਂਭੋ ਹੁਣ ਆਪਣੀਆਂ ਜ਼ਿੰਮੇਵਾਰੀਆਂ। ਕੌਮ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਤੇ ਤੁਸੀਂ ਇਹਨਾਂ ਉਮੀਦਾਂ ਤੇ ਖਰੇ ਉਤਰਨਾ। ਦਿਖਾ ਦਿਓ ਇਸ ਦੁਨੀਆਂ ਨੂੰ ਕਿ ਜਦੋਂ ਜਵਾਨੀ ਜਾਗਦੀ ਹੈ ਤਾਂ ਕਿਵੇਂ ਤਖ਼ਤ ਤੇ ਪਲਟਦੀ ਹੈ। ਸ਼ਾਬਾਸ਼ੇ। ਗੁਰੂ ਸਾਹਿਬ ਅੱਗੇ ਤਾਂ ਅਰਦਾਸ ਕਰ ਲਈ, ਹੁਣ ਤੁਸੀਂ ਦੱਸੋ ਕੀ ਕਰੀਏ? ਹੋਰ ਮੁੰਡਿਆਂ ਨੂੰ ਨਾਲ ਰਲਾਓ, ਕੁਛ ਹੀ ਦਿਨਾਂ ਵਿੱਚ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਆਉਣ ਵਾਲਾ, ਉਹਦੇ ਸੰਦਰਭ ਵਿੱਚ ਉਹਨਾਂ ਦੇ ਜਨਮ ਦਿਨ 'ਤੇ ਨਗਰ ਕੀਰਤਨ ਕੱਢੀਏ, ਪਰ ਇਹ ਨਗਰ ਕੀਰਤਨ ਕੁਛ ਅਲੱਗ ਹੋਵੇ। ਪਰ ਬਾਬਾ ਜੀ, ਉਹ ਕਿਵੇਂ? ਜਿਸ ਤਰ੍ਹਾਂ ਨਗਰ ਕੀਰਤਨ ਵਿੱਚ ਆਪਾਂ ਖਾਣ ਪੀਣ ਦੇ ਸਟਾਲ ਲਾਉਂਦੇ ਹਾਂ, ਸਟਾਲ ਉਸੇ ਤਰ੍ਹਾਂ ਹੀ ਲੱਗਣਗੇ, ਪਰ ਖਾਣ ਪੀਣ ਦੇ ਨਹੀਂ, ਉਹਦੀ ਬਜਾਏ 5 ਕਕਾਰ, ਸਿੱਖ ਇਤਿਹਾਸ ਦੀਆਂ ਕਿਤਾਬਾਂ, ਪੈਨਸਲਾਂ ਤੇ ਨੋਟਬੁੱਕਸ ਤੇ ਲੋੜਵੰਦਾਂ ਨੂੰ ਦਸਤਾਰਾਂ ਭੇਟਾਂ ਕਰਨ। ਪਰ ਬਾਬਾ ਜੀ, ਫਿਰ ਸੰਗਤ ਖਾਊ ਪੀਊ ਕੀ? ਪੁੱਤਰ, ਗੁਰੂ ਕੇ ਸਿੰਘ 7-7 ਮਹੀਨੇ ਭੁੱਖੇ ਰਹਿ ਕੇ ਵੀ ਮੈਦਾਨੇ ਜੰਗ ਵਿੱਚ ਲੜਦੇ ਸੀ, ਕਿ ਅਸੀਂ 4-5 ਘੰਟੇ ਭੁੱਖੇ ਨਹੀਂ ਰਹਿ ਸਕਦੇ? ਪਰ ਫਿਰ ਵੀ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਸੰਗਤ ਲਈ ਲੰਗਰ ਦਾ ਪ੍ਰਬੰਧ ਕਰ ਦਿਓ। ਬਾਬਾ ਜੀ,
ਮੈਨੂੰ ਲੱਗਦਾ ਇਸ ਵਾਰੀ ਨਗਰ ਕੀਰਤਨ ਦੇ ਵਿੱਚ ਸੰਗਤ ਨੂੰ ਇੱਕ ਇੱਕ ਸ਼੍ਰੀ ਸਾਹਿਬ ਭੇਟ ਕਰੀਏ। ਪਰ ਸੁਖਚੈਨ, ਇੰਨਾ ਪੈਸਾ ਕਿੱਥੋਂ ਆਊ? ਖੰਡਾ ਵੇਚ ਦਿੰਦੇ ਹਾਂ। ਉਹ ਸੋਨੇ ਵਾਲਾ? ਆਹੋ, ਜੇ ਗੁਰੂ ਸਾਹਿਬ ਆਪਣੇ ਤੀਰ ਦੇ ਨਾਲ ਸੋਨਾ ਲਾ ਕੇ ਮਰਨ ਵਾਲੇ ਦੁਸ਼ਮਣ ਦੀ ਜਾਨ ਬਚਾਉਣ ਦਾ ਪ੍ਰਬੰਧ ਕਰ ਸਕਦੇ ਹੈ ਤਾਂ ਫਿਰ ਕੀ ਅਸੀਂ ਆਪਣੀ ਕੌਮ ਨੂੰ ਆਤਮ ਨਿਰਭਰ ਕਰਨ ਦੇ ਲਈ ਇੰਨਾ ਨਹੀਂ ਕਰ ਸਕਦੇ? ਬਿਲਕੁਲ ਠੀਕ। ਹਰ ਸਿੱਖ ਦੇ ਘਰ ਸ਼ਸਤਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਭੀੜ ਪੈਣ 'ਤੇ ਉਹ ਦੂਜਿਆਂ ਦੀ ਅਤੇ ਆਪਣੀ ਰੱਖਿਆ ਕਰ ਸਕੇ। ਪਾਪਾ ਆਓ ਚੱਲੀਏ। ਇਹ ਮੇਰਾ ਬੇਟਾ। ਤੁਸੀਂ? ਹਾਂ, ਮੈਂ ਇੱਕ ਰਿਟਾਇਰਡ ਕਰਨਲ ਹਾਂ। ਤੁਸੀਂ ਸਰਕਾਰੀ ਨੌਕਰੀ ਕਰਦੇ ਸੀ? ਮੈਂ ਸਰਕਾਰ ਦੀ ਨੌਕਰੀ ਪਹਿਲਾਂ ਕਰਦਾ ਸੀ, ਹੁਣ ਸੱਚੀ ਸਰਕਾਰ ਦੀ ਨੌਕਰੀ ਕਰਦਾ। ਬਾਬਾ ਜੀ, ਇਹਦਾ ਮਤਲਬ ਹੁਣ ਤੁਸੀਂ ਜਾ ਰਹੇ ਹੋ? ਮੈਂ ਨਹੀਂ ਜਾ ਰਿਹਾ, ਤੁਸੀਂ ਸੰਭਾਲਣ ਦੇ ਯੋਗ ਹੋ ਗਏ ਹੋ। ਵੈਸੇ ਵੀ ਇੱਕ ਸਿਪਾਹੀ ਦਾ ਕੰਮ ਹੁੰਦਾ ਇੱਕ ਮੋਰਚਾ ਫਤਿਹ ਕਰਕੇ ਦੂਜੇ ਮੋਰਚੇ ਵੱਲ ਨੂੰ ਚਾਲੇ ਪਾ ਦੇਣੇ। ਚੰਗਾ ਭਾਈ ਮੁੰਡਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਮਸਾਂ ਮਸਾਂ ਤਾਂ ਪਿੰਡ ਜਾ ਗਿਆ ਤੇ ਤੁਸੀਂ ਛੱਡ ਕੇ ਜਾ ਰਹੇ ਹੋ? ਦਰਸ਼ਨ ਸਿਆ, ਹਲੇ ਤਾਂ ਸਿਰਫ ਇੱਕ ਪਿੰਡ ਜਾ ਗਿਆ, ਅਸੀਂ ਤਾਂ ਪੂਰਾ ਪੰਜਾਬ ਜਗਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਖੁਸ਼ ਲੱਗ ਰਹੇ ਹੋ? ਕੌਮ ਜਾਗ ਰਹੀ ਹੈ। ਕੁਝ ਬੱਦਲਾਂ ਨੇ ਸੂਰਜ ਨੂੰ ਟੱਕ ਦਿੱਤਾ ਸੀਗਾ, ਹੁਣ ਸੂਰਜ ਬੱਦਲਾਂ ਨੂੰ ਚੀਰਦਾ ਹੋਇਆ ਬਾਹਰ ਆ ਰਿਹਾ। ਜਿਨ੍ਹਾਂ ਕੌਮਾਂ ਦੇ ਨੌਜਵਾਨ ਜਾਗ ਜਾਣ, ਉਹ ਕੌਮਾਂ ਵੀ ਜਾਗ ਜਾਂਦੀਆਂ ਨੇ। ਬਸ ਇਹ ਸਿਲਸਿਲਾ ਰੁਕੇ ਨਾ, ਵਾਹਿਗੁਰੂ ਕਿਰਪਾ ਕਰੇ ਨੌਜਵਾਨ ਕੌਮ ਦੀ ਵਾਗਡੋਰ ਸਾਂਭ ਲੈਣ। ਜੀ ਬਿਲਕੁਲ, ਲੋ ਤੁਸੀਂ ਜੂਸ ਪੀਓ। ਅੱਛਾ, ਸੁਖਦੇਵ ਸਿਆਂ, ਕੀ ਹਾਲ ਚਾਲ ਹੈ? ਉਹ ਹਾਲ ਕਾਹਦਾ ਜਨਾਬ, ਅਸੀਂ ਤਾਂ ਲੁੱਟੇ ਗਏ। ਉਹ ਕੀ ਹੋ ਗਿਆ? ਹੋਣਾ ਕੀ ਹੈ MLA ਸਾਹਿਬ, ਪਿੰਡ 'ਚ ਨਵੇਂ ਮੁੰਡਿਆਂ ਦੀ ਕਮੇਟੀ ਬਣ ਗਈ। ਫੇਰ? ਫੇਰ ਕੀ ਜਨਾਬ? ਗੋਲਕ ਤਾਂ ਗਈ ਹੱਥੋਂ ਤੇ ਗੁਰਦੁਆਰੇ ਦਾ ਪ੍ਰਧਾਨ ਬਣ ਕੇ ਬੈਠ ਗਿਆ ਕੱਲ ਦਾ ਛੋਰ। ਉਹ ਕੋਈ ਗੱਲ ਨੀ, ਤੂੰ ਟੈਨਸ਼ਨ ਨਾ ਲੈ, ਮੈਂ ਹੈਗਾ ਨਾ। ਕਰਦੇ ਉਹਦਾ ਵੀ ਕੋਈ ਜੁਗਾੜ। ਇਹ ਬਣਿਆ ਫਿਰਦਾ ਵੱਡਾ ਜਥੇਦਾਰ, ਕਹਿੰਦਾ ਮੈਂ ਬਦਲਾ ਲਿਆਉਣਾ ਚਾਹੁੰਦਾ। ਓਏ,
ਅਸੀਂ ਤਾਂ ਹਰਿਮੰਦਰ ਸਾਹਿਬ ਦੇ ਵਿੱਚ ਅਕਾਲ ਤਖਤ ਦੀ ਮਰਿਆਦਾ ਨਹੀਂ ਲਾਗੂ ਹੋਣ ਦਿੱਤੀ ਤੇ ਓਏ ਤੂੰ ਤੂੰ ਉਹੀ ਮਰਿਆਦਾ ਗੁਰਦੁਆਰਿਆਂ ਤੇ ਡੇਰਿਆਂ ਵਿੱਚ ਲਾਗੂ ਕਰਵਾਉਣ ਨੂੰ ਫਿਰਦਾ ਓਏ ਪੰਥ ਵਿੱਚ ਪਹਿਲਾਂ ਥੋੜੇ ਮੁੱਦੇ ਨੇ ਜਿਹੜਾ ਤੂੰ ਇਹ ਨਵਾਂ ਭਗਤਾਂ ਵਾਲਾ ਮੁੱਦਾ ਖੜਾ ਕਰਨ ਲੱਗਾ ਨਾ ਇਹਦੇ 'ਚ ਗਲਤ ਵੀ ਕੀ ਆ ਗੁਰਬਾਣੀ ਪਰਾਏ ਹੱਕ ਨੂੰ ਹਰਾਮ ਕਹਿੰਦੀ ਹੈ ਤੇ ਤੁਸੀਂ ਭਗਤਾਂ ਦਾ ਹੱਕ ਖਾਈ ਜਾਂਦੇ ਹੋ ਉਹਨਾਂ ਨਾਲ ਵੀ ਵਿਤਕਰਾ ਨਾਲੇ ਮੁੱਦਿਆਂ ਵੱਲੋਂ ਅੱਖਾਂ ਮੀਚੀਆਂ ਮੁੱਦੇ ਸੁਲਝਦੇ ਨਹੀਂ ਉਲਝਦੇ ਨੇ ਨਾ ਜੇ ਉਦੋਂ ਇਹਨਾਂ ਮੁੱਦਿਆਂ ਨੂੰ ਸੁਲਝਾਇਆ ਹੁੰਦਾ ਤਾਂ 84 ਦੇ ਵਿੱਚ ਸਾਡਾ ਇੰਨਾ ਨੁਕਸਾਨ ਨਾ ਹੁੰਦਾ ਇਹ ਲੋਕ ਸਾਡੇ ਵਿਰੁੱਧ ਲੜਨ ਦੀ ਬਜਾਏ ਸਾਡੇ ਨਾਲ ਖੜਦੇ ਹਲੇ ਵੀ ਸਾਨੂੰ ਆਪਣੀ ਮਰਿਆਦਾ ਇੱਕ ਕਰਨੀ ਚਾਹੀਦੀ ਹੈ ਤਾਂ ਜੋ ਸਾਰੀ ਕੌਮ ਇਕੱਠੀ ਹੋ ਸਕੇ ਓਏ ਹੁਣ ਹਰ ਇੱਕ ਡੇਰੇ ਦੀ ਹਰ ਇੱਕ ਗੁਰਦੁਆਰੇ ਦੀ ਆਪੋ ਆਪਣੀ ਵੱਖੋ ਵੱਖਰੀ ਮਰਿਆਦਾ ਹੈ ਕਿਹਨੂੰ ਕਿਹਨੂੰ ਬਦਲੇਗਾ ਤੂੰ ਕਿਹਨੂੰ ਕਿਹਨੂੰ ਬਦਲੇਗਾ ਤੂੰ ਕਿਹਨੂੰ ਕਿਹਨੂੰ ਬਦਲੇਗਾ ਤੂੰ